ਧੂਰੀ ਵਿਖੇ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ, ਜਿਸ ਨੂੰ ਮੁੱਖ ਪਾਰਲੀਮਾਨੀ ਸਕੱਤਰਾਂ ਅਤੇ ਵਿਧਾਇਕਾਂ ਨੇ ਸੰਬੋਧਨ ਕੀਤਾ। ਅਕਾਲੀ ਦਲ ਦਾ ਕੈਂਡੀਡੇਟ ਹੀ ਨਹੀਂ ਹੈ, ਉਹ ਤਾਂ ਕਾਂਗਰਸ ਦਾ ਕੈਂਡੀਡੇਟ ਹੈ, ਉਹਨਾਂ ਦੇ ਨਿਸ਼ਾਨ 'ਤੇ ਖੜਾ ਹੋਇਆ। ਹੁਣ ਲੌਂਗੋਵਾਲ ਦਾ ਅਕਾਲੀ ਦਲ ਦਾ ਕਿਵੇਂ ਕੈਂਡੀਡੇਟ ਕਹਿ ਸਕਦੇ ਹਾਂ? ਇਸ ਕਰਕੇ ਉਹਨਾਂ ਦਾ ਸਮਾਂ ਬਿੱਲੀ ਥੈਲੇ 'ਚੋਂ ਬਾਹਰ ਆ ਗਈ। ਔਰ ਮੈਂ ਸਮਝਦਾ ਜਿਹੜੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦਾ ਬੜਾ ਨਾਂ ਲੈਂਦੇ ਸੀ, ਉਹਨਾਂ ਦਾ ਅੱਜ ਸਾਹਮਣੇ ਆ ਗਿਆ ਕਿ ਅਸਲੀ ਕੌਣ ਵਾਰਸ ਹੈ। ਸ਼੍ਰੋਮਣੀ ਅਕਾਲੀ ਦਲ ਵਾਰਸ ਹੈ ਸੰਤਾਂ ਦਾ ਜਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਾਰਸ ਹੈ? ਉਹ ਇਹ ਸਾਬਤ ਹੋ ਗਿਆ, ਉਹਨਾਂ ਨੇ ਸਾਬਤ ਕਰਤਾ ਵੀ ਸਾਡਾ ਤਾਂ ਸਿਰਫ ਨਾਰਾ ਸੀ, ਸਾਡਾ ਕੋਈ ਸੰਤ ਲੌਂਗੋਵਾਲ ਨਾਲ ਕੋਈ ਨਹੀਂ। ਜੇ ਉਹਨਾਂ ਨੂੰ ਮਾੜਾ ਜਿਹਾ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਥੋੜ੍ਹੀ ਜਿਹੀ ਇੱਜ਼ਤ ਹੋਵੇ, ਉਹ ਕਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਖਿਲਾਫ਼ ਆਪਦਾ ਪਰਿਵਾਰਕ ਮੈਂਬਰ ਨਾ ਖੜਾ ਕਰ। ਭਾਈ ਗੋਬਿੰਦ ਸਿੰਘ ਲੌਂਗੋ 3 ਵਾਰੀ MLA ਰਹਿ ਗਿਆ, ਵਜ਼ੀਰ ਰਹਿ ਲਿਆ ਔਰ ਮਾਰਕਫੈਡ ਦਾ ਚੇਅਰਮੈਨ ਰਹਿ ਲਿਆ, ਇੱਕ ਵੀ ਇਹਦੇ ਕੋਈ ਇਲਜ਼ਾਮ ਲੱਗਿਆ ਹੋਵੇ, ਇਹਦੀ ਟਿੱਪਣੀ ਕੀ ਕਰਦਾ? ਇੱਕ ਸਿਰਫ ਲੋਕਾਂ ਲਈ ਦਿਖਾਵੇ ਦੀ ਟਿੱਪਣੀ ਕਰਨੀ ਹੈ, ਆਪ ਵੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਜ਼ੀਰ ਰਹਿ ਕੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਰੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।